ਜੀ ਨੂੰ ਕੀ ਨਾਮ ਜੀ ਤੁਹਾਡਾ ਜੀ ਨਾ ਗੁਰੂ ਰਾਮਦਾਸ ਜੀ ਨੂੰ ਪਤਾ ਹੈ ਨਾ ਦੱਸ ਕਿਹੜਾ ਘਟਿਆ ਤੁਹਾਡੇ ਨਾਲ ਦੱਸੋ ਵਾਹਿਗੁਰੂ ਜੀ ਮੇਰੇ ਨਾਲ ਕੋਈ ਨਹੀਂ ਘਟੀ ਜੋ ਸੰਗਤ ਨਾਲ ਘਟੀ ਬਹੁਤ ਨਿੰਦਰ ਜੋ ਘਟਨਾ ਘਟੀ ਆ ਜੀ ਪਹਿਲਾਂ ਉਸ ਜਨਾਨੀ ਨੂੰ ਇਹਨਾਂ ਨੇ ਬੰਦਿਆਂ ਨੇ ਕੁੱਟਿਆ ਕੋਈ ਸਿੰਘ ਉਧਰੋਂ ਵਿੱਚ ਨਹੀਂ ਆਇਆ ਵੀ ਚਲੋ ਉਹਦੀ ਥੋੜੀ ਗਲਤੀ ਸੀ ਇਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ ਉਹਦਾ ਪਤਾ ਨਹੀਂ ਕੋਈ ਮੈਂਟਲੀ ਅਪਸੈਟ ਆ ਜਾਂ ਕੀ ਆ ਕੋਈ ਸਮਝ ਨਹੀਂ ਇਹਨਾਂ ਨੇ ਉੱਥੇ ਜਾ ਕੇ ਪਾਏ ਉਹਨਾਂ ਸਿੰਘਾਂ ਨੂੰ ਵੀਰਾਂ ਨੂੰ ਇਹਨਾਂ ਨੇ ਉੱਥੇ ਜਾ ਕੇ ਕੁੱਟ ਕੁੱਟ ਕੇ ਬੁੜੀਆਂ ਵੀ ਕੁੱਟੀਆਂ ਬੰਦਿਆਂ ਨੇ ਬੁੜੀਆਂ ਕੁੱਟੀਆਂ ਡਾਕ ਫੋਰਸ ਵਾਲਿਆਂ ਨੇ ਜਿਹੜੀਆਂ ਬੀਬੀਆਂ ਅੰਦਰ ਹੀ ਬੰਦਿਆਂ ਨੇ ਕੁੱਟੀਆਂ ਮੈਂ ਤੇ ਪਿੱਛੇ ਸੀਗੀ ਬਹੁਤ ਨਿੰਦਰ ਜੋ ਘਟਨਾ ਹੋਈ ਵਾਹਿਗੁਰੂ ਜੀ ਇਹ ਦੁਨੀਆਂ ਮਰ ਮੁੱਕ ਜਾਵੇ ਤੇ ਚੰਗਾ ਇਹੋ ਜਿਹੀ ਜ਼ਿੰਦਗੀ ਜੀਣ ਨਾਲੋ ਬਹੁਤ ਮਾੜਾ ਕੀਤਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਹ ਗੁੰਡੇ ਵਾਲੇ ਜੇ ਗੁਰੂ ਰਾਮਦਾਸ ਜੀ ਕਿੱਥੇ ਬੈਠੇ ਜੇ ਇਹਨਾਂ ਨੂੰ ਕੋੜੋ ਮਰਨਾ ਜਿੰਨਾ ਤਾਲਾ ਨਾ ਬੈਨਰ ਫਾੜੇ ਗੁਰੂ ਮਹਾਰਾਜ ਦੇ ਇਹਨਾਂ ਤਾਨੂੰ ਕੋੜੋੜਾ ਜੇ ਕੋੜ ਇਹਨਾਂ ਦੇ ਜਿਹੜੇ ਤਾਲਾ ਬੈਨਰ ਫਾੜੇ ਇਹਨਾਂ ਨੂੰ ਕੋੜੋੜਾ ਜੇ ਇਹ ਗੁਰੂ ਮਹਾਰਾਜ ਦੇ ਸਰੂਪਾਂ ਦੇ ਜਿਹੜਾ ਦਤਿਆ ਲੈਣ ਵਾਸਤੇ ਬੈਠੇ ਉਹਨਾਂ ਦਾ ਬਹੁਤ ਅਤਿਆਚਾਰ ਹੋਇਆ ਜ਼ਿੰਮੇਵਾਰ ਕੌਣ ਹੈ ਜੀ ਜ਼ਿੰਮੇਵਾਰ ਵੇਖੋ ਜੀ ਜਦੋਂ ਮੈਂ 12 ਵਜੇ ਆਈ ਹਾਂ 12:15 12:15 ਦਾ ਟਾਈਮ ਹੋਊਗਾ ਸਰਦਾਰ ਸਰਜੀਤ ਸਿੰਘ ਖੋਸਾ ਜਿਹੜਾ ਅਰਦਾਸ ਕਰ ਰਿਹਾ ਸੀ ਉਹ ਰੋਜ਼ ਦੱਸਦੇ ਆ ਵੀ ਮੈਂ ਦਰਬਾਰ ਸਾਹਿਬ ਜਾਂਦਾ ਮੇਰੇ ਨਾਲ ਗਲਤ ਹਰਕਤਾਂ ਕਰਦੇ ਆ ਸਾਨੂੰ ਨਹੀਂ ਪਤਾ ਅਸੀਂ ਵੀ ਦਰਬਾਰ ਸਾਹਿਬ ਜਾਂਦੇ ਸਾਡੇ ਨਾਲ ਕਦੀ ਕੋਈ ਗਲਤ ਹਰਕਤ ਨਹੀਂ ਹੋਈ ਆਪਣੀ ਨੀਤ ਨਾਲ ਜਾਈਦਾ ਗੁਰੂ ਮਹਾਰਾਜ ਦੇ ਦਰਸ਼ਨ ਦਿਦਾਰੇ ਕਰਕੇ ਦੇਖ ਲਈਦੀ ਆ ਜਾਈਦਾ ਇਹ ਜਿਹਦੇ ਨਾਲ ਬੀਤਦੀ ਉਹਨੂੰ ਪਤਾ ਹੋਊ ਵੀ ਉਹਦੇ ਨਾਲ ਕੀ ਕਰਦੇ ਆ ਉਹਨਾਂ ਨੇ ਦੱਸਿਆ ਅੱਜ ਵੀ ਮੇਰਾ ਰੋਜ਼ ਦੱਸਦੇ ਸੀ ਉਹ ਵੀ ਮੈਨੂੰ ਜਲੀਲ ਕੀਤਾ ਜਾ ਰਿਹਾ ਪਰ ਮੈਂ ਬੋਲਣਾ ਨਹੀਂ ਆ ਮੈਂ ਕੁਛ ਨਹੀਂ ਬੋਲਣਾ ਅੱਜ ਉਹਨਾਂ ਨੇ ਥੋੜ੍ਹੀ ਸਪੀਚ ਕੀਤੀ ਵੀ ਮੈਂ ਗਿਆ ਅਤੇ ਮੇਰੇ ਇਹਨਾਂ ਨੇ ਮੈਂ ਸੇਵਾ ਵੀ ਛੱਡ ਦਿੱਤੀ ਜਿਹੜੀ ਮੈਨੂੰ ਨੇ ਵੀ ਤੁਹਾਡੇ ਆਉਣ 'ਤੇ ਸਾਨੂੰ ਸੇਵਾ ਨਹੀਂ ਮਿਲਦੀ ਤੁਸੀਂ ਨਾ ਆਓ ਕਹਿੰਦੇ ਮੈਂ ਨਹੀਂ ਜਾਂਦਾ ਸੀ ਉਹ ਲੰਘਣ ਲੱਗਦੇ ਉਹਨਾਂ ਦਾ ਦਮਾਲਾ ਲਾਇਆ ਗਿਆ ਕਿਤੇ ਜਿਹੜਾ ਉਹ ਡੰਡਾ ਕਰਦੇ ਸੀ ਗਾੜੀ ਰੋਕਣ ਵਾਸਤੇ ਜਦੋਂ ਉਹ ਲੰਘਣ ਲੱਗ ਗਏ ਇਕਦਮ ਥਾਂ ਕੀਤਾ ਗਿਆ ਮਾਲਕ ਜਾਣਦਾ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਅਤੇ ਵਾਹਿਗੁਰੂ ਜੀ ਇਹ ਜਾਣਦਾ ਹੁੰਦਾ ਮੇਰਾ ਦਮਾਲਾ ਲੱਥ ਗਿਆ ਉਹ ਕਿਤੇ ਸਵੇਰ ਦਾ ਇਹਨਾਂ ਦੇ ਬੂਹਿਆਂ ਦੇ ਗਾੜੀ ਬੈਠਾ ਸੀ ਮੁੜ ਕੇ ਸਾਡੇ ਆਉਣ 'ਤੇ ਉਹ ਛੋਟੇ ਬੂਹੇ ਦੇ ਗਾੜੀ ਵੀ ਬਹਿ ਗਿਆ ਕੋਈ ਸਿੰਘ ਸਿੰਘਣੀ ਉਹਨਾਂ ਦੇ ਨਾਲ ਨਹੀਂ ਆਏ ਇੱਕ ਉਹਨਾਂ ਦੀ ਸਿੰਘਣੀ ਸੀ ਇੱਕ ਉਹਨਾਂ ਦਾ ਗੜਵਾਈ ਸੀ ਹੋਰ ਕੋਈ ਨਹੀਂ ਆਇਆ ਸੰਗਤ ਦੇ ਵਿੱਚੋਂ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਭਾਈ ਬਲਬੀਰ ਸਿੰਘ ਮੁੱਛਲ ਨਹੀਂ ਆਇਆ ਦਲਬਾਗ ਸਿੰਘ ਸੁਲਤਾਨਵਿੰਡ ਨਹੀਂ ਆਇਆ ਆਪਣਾ ਮਨਜੀਤ ਸਿੰਘ ਝਬਾਲ ਨਹੀਂ ਆਇਆ ਸਾਰੇ ਆਪਣਾ ਢਾਡੀ ਸਿੰਘ ਲੱਗੇ ਨਾਮ ਜਪਾਉਣ ਡਏ ਆ ਵਾਰਾਂ ਗਾਉਣ ਡਿਆ ਮੈਂ ਵਾਹਿਗੁਰੂ ਜੀ ਨਾਮ ਜਪਾਉਣਾ ਸ਼ੁਰੂ ਕਰ ਦਿਓ ਇੱਥੇ ਟਾਸਕ ਫੋਰਸ ਇੰਨੀ ਸੀ ਕਾਲੀਏ ਇੰਨੇ ਖੜੇ ਸੀ ਮੈਂ ਤਾਂ ਬਰਤਨ ਸਾਫ਼ ਕਰਨ ਚਲ ਗਈ ਪਰ ਇਹਨਾਂ ਨੇ ਜੋ ਕੁਛ ਕੀਤਾ ਇਹਨਾਂ ਨੇ ਧਾਵਾ ਬੋਲ ਦਿੱਤਾ ਜਾ ਕੇ ਬੈਨਰ ਪਾੜ ਦਿੱਤੇ ਮਤਲਬ ਕਿ ਬਹੁਤ ਇਹਨਾਂ ਨੇ ਨਿੰਦਨ ਜੋ ਘਟਨਾ ਕੀਤੀ ਆ ਇਹਨਾਂ ਨੇ ਬਹੁਤ ਮਾੜਾ ਕੀਤਾ ਹੈ ਗੰਦੀਆਂ ਗਾਲਾਂ ਦੀਆਂ ਆਵਾਜ਼ਾਂ ਵੀ ਮੈਂ ਉੱਥੇ ਖਲੋਤੀ ਸੀ ਮੇਰੇ ਕੰਨਾਂ 'ਚ ਇੱਕ ਦੋ ਗੰਦੀਆਂ ਗਾਲਾਂ ਦੀਆਂ ਆਵਾਜ਼ਾਂ ਵੀ ਪਈਆਂ ਇਹ ਸਾਨੂੰ ਸ਼ੋਭਾ ਗੁਰੂ ਘਰ ਨਹੀਂ ਦਿੰਦੀਆਂ ਉਹ ਤੇ ਆਪਣਾ ਸ਼ੀਤਲ ਸੁਭਾਅ ਦੇ ਨਾਲ ਆਪਣਾ ਨਾਮ ਜਪਦੇ ਆ ਤੇ ਗੁਰਬਾਣੀ ਪੜ੍ਹਦੇ ਆ ਚਲੋ ਜੇ ਕਿਸੇ ਨੂੰ ਜਿਹੜਾ ਮਾੜਾ ਕਰਦਾ ਉਹਨੂੰ ਮਾੜਾ ਕਹਿਣਾ ਕੋਈ ਪਾਪ ਨਹੀਂ ਕੰਡੇ ਨੂੰ ਕੰਡਾ ਕਹਿਣਾ ਕੋਈ ਪਾਪ ਨਹੀਂ ਫੁੱਲ ਨੂੰ ਕੰਡਾ ਕਹਿਣਾ ਪਾਪ ਜੇ ਤੇ ਕੰਡੇ ਨੂੰ ਫੁੱਲ ਬਣਾਉਣਾ ਪਾਪ ਜੇ ਕੰਡੇ ਨੂੰ ਕੰਡਾ ਕਹਿਣਾ ਕੋਈ ਦੋਸ਼ ਨਹੀਂ ਕੋਈ ਪਾਪ ਨਹੀਂ ਮਾਤਾ ਮੁੱਕਾ ਕੀ ਅਖੀਰ ਕੀ ਹੋਇਆ ਅਖੀਰ ਜੇ ਉਹ ਲਾਠੀ ਚਾਰਜ ਕਰਕੇ ਤੇ ਮੈਂ ਤਾਂ ਅੰਦਰ ਮੁੜ ਕੇ ਇਹਦੀ ਲੰਘ ਕੇ ਗਈ ਫਿਰ ਇਹਨਾਂ ਨੂੰ ਜਲ ਲਿਆ ਕੇ ਛਕਾਵਾਂ ਤੇ ਮੈਨੂੰ ਇਹਨਾਂ ਨੇ ਬੀਬੀਆਂ 15-20 ਕੱਲ ਦਿੱਤੀਆਂ ਫੜਨ ਮੈਂ ਅੰਦਰ ਜਾ ਕੇ ਆਵਾਜ਼ਾਂ ਦਿੱਤਾ ਵੀ ਸੱਚ ਬੋਲਣ ਦਿਓ ਸੱਚ ਨੂੰ ਕਿਉਂ ਦਬਾਉਂਦੇ ਜੇ ਸੱਚ ਦੀ ਆਵਾਜ਼ ਨੂੰ ਕਿਉਂ ਸੁਣਨੋਂ ਬਰਦਾਸ਼ਤ ਨਹੀਂ ਕਰਦੇ ਸੱਚ ਬੋਲਣ ਦਿਓ ਸੱਚ ਸੁਣੋ ਇਹਨਾਂ ਨੇ ਬੀਬੀਆਂ ਇੰਨੀਆਂ ਕਿ ਮੇਰੇ ਦੁਆਲੇ ਕੱਲ ਦਿੱਤੀਆਂ ਤੁਸੀਂ ਆਓ ਮਾਤਾ ਜੀ ਮੈਨੂੰ ਬਾਹੋਂ ਫੜ ਲਿਆਂਗਾ ਤੁਸੀਂ ਜਾਓ ਘਰਾਂ ਨੂੰ ਮੈਂ ਕਿਹਾ ਮੇਰੇ ਵੀਰ ਭਰਾ ਬੈਠੇ ਆ ਮੈਨੂੰ ਇੱਥੇ ਕਿਉਂ ਚੱਲਿਆ ਨਹੀਂ ਤੁਸੀਂ ਜਾਓ ਘਰਾਂ ਨੂੰ ਇੱਕ ਵਿੱਚੋਂ ਸਿੰਘ ਆਉਂਦੇ ਜੇ ਨਹੀਂ ਜਾਂਦੀ ਤਾਂ ਚੁੱਕੇ ਲੈ ਜਾਓ ਇਹ ਮੈਨੂੰ ਉਹ ਧੱਕੇ ਦੇ ਨਾਲ ਛਬੀਲ ਵੱਲ ਕੋਈ ਆਉਂਦੀਆਂ ਪਿੱਛੋਂ ਇਹਨੂੰ ਘੰਟਾ ਘਰ ਤੋਂ ਅੱਗੇ ਕੱਢ ਆਓ ਉੱਥੇ ਲੈ ਚੱਲੋ ਮੈਂ ਕਿਹਾ ਵੀ ਮੈਂ ਗੁਰੂ ਰਾਮਦਾਸ ਦੀ ਬੱਚੀ ਹਾਂ ਗੁਰੂ ਰਾਮਦਾਸ ਜੀ ਦੇ ਘਰ ਹਾਂ ਆਉਂਦੀਆਂ ਅਸੀਂ ਵੀ ਗੁਰੂ ਰਾਮਦਾਸ ਦੀਆਂ ਬੱਚੀਆਂ ਮੈਂ ਤੁਸੀਂ ਬਾਦਲ ਦੀਆਂ ਬੱਚੀਆਂ ਜੇ ਮੈਂ ਗੁਰੂ ਰਾਮਦਾਸ ਜੀ ਦੀ ਬੱਚੀ ਹਾਂ ਤੁਸੀਂ ਬਾਦਲ ਦੀਆਂ ਬੱਚੀਆਂ ਜੇ ਤੁਸੀਂ ਜੇ ਬਾਦਲ ਦੀਆਂ ਬੱਚੀਆਂ ਨਾ ਹੋ ਤਾਂ ਸੰਗਤਾਂ ਨਾਲ ਇੱਦਾਂ ਦਾ ਵਿਹਾਰ ਨਾ ਕਰੋ ਮੈਂ ਉੱਥੇ ਬੈਠੀ ਛਬੀਲ ਦੇ ਉੱਤੇ ਮੈਂ ਉੱਥੇ ਬੈਠੀ ਰਹੀ ਹਾਂ ਆਹ ਕੁਛ ਮੈਂ ਵੇਖਿਆ ਮੁੜ ਕੇ ਇਹਨਾਂ ਨੂੰ ਪਤਾ ਲੱਗਾ ਵੀ ਸਿੰਘਾਂ ਨੂੰ ਫੜਕੇ ਲੈ ਗਏ ਆ ਅੰਦਰ ਲੈ ਗਏ ਆ ਕਿੱਥੇ ਲੈ ਗਏ ਆ ਵਰਜਿੰਦਰ ਕੌਰ ਜੀ ਕਿੱਥੋਂ ਦੇ ਰਹਿਣ ਵਾਲੇ ਇੱਥੋਂ ਦੇ ਅੰਮ੍ਰਿਤਸਰ ਦੇ ਹੀ ਉੱਥੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਬਹੁਤ ਮਾੜਾ ਹੋਇਆ ਅੱਜ ਕਿ ਮੈਨੂੰ ਧੱਕੇ ਨਾਲ ਛਬੀਲ ਤੇ ਛੱਡ ਕੇ ਆਈ ਹਾਂ ਮੈਂ ਛਬੀਲ ਤੇ ਬੈਠੀ ਰਹੀ ਹਾਂ ਇਹਨਾਂ ਨੇ ਬਹੁਤ ਨਿਹੱਕ ਕੀਤਾ
ਇਹਨਾਂ ਨੇ ਗੁਰੂ ਵਰਗੀਆਂ ਸੰਗਤਾਂ ਨੂੰ ਲਾਠੀਆਂ ਨਾਲ ਜਾਦੇ ਹੋਣ ਕਰਕੇ ਇਹਨਾਂ ਨੇ ਕੁੱਟਿਆ। ਇਹ ਸਾਡੇ ਭਾਰਤ ਚ ਗੁੰਡਾ ਰਾਜ ਚੱਲ ਰਿਹਾ, ਗੁੰਡਾ ਰਾਜ ਚੱਲ ਰਿਹਾ। ਸਾਡੇ ਭਾਰਤ ਚ ਇੱਕ ਗੁਰੂ ਦਾ ਜਾਪ ਕਰਦੀਆਂ ਸੰਗਤਾਂ ਦੇ ਡੰਡੇ ਬਣਾਏ ਗਏ ਆ, ਇੱਕ ਗੁੰਡਾ ਰਾਜ ਚੱਲਦੇ। ਗੁਰੂ ਰਾਮਦਾਸ ਜੀ ਪੜੋ, ਵੇਖੋ, ਪਛਾਣੋ ਇਹਨਾਂ ਨੂੰ। ਗੁਰੂ ਰਾਮਦਾਸ ਜੀ ਕਿੱਥੇ ਗਏ ਜੇ, ਪਛਾਣੋ ਇਹਨਾਂ ਨੂੰ। ਤੁਹਾਡੀਆਂ ਰੱਬ ਵਰਗੀਆਂ ਸੰਗਤਾਂ ਨੂੰ ਇਹਨਾਂ ਨੇ ਕਿੱਦਾਂ ਕੁੱਟਿਆ, ਇਹਨਾਂ ਨੇ ਕਿਤੇ ਅਤਿਆਚਾਰ ਕੀਤਾ ਉਹਨਾਂ ਦੇ। ਗੁਰੂ ਮਹਾਰਾਜ ਜੀ ਵੇਖੋ, ਪਛਾਣੋ ਇਹ ਸਾਡੇ ਅੰਦਰ ਦੇ ਦਰਦ ਨੂੰ, ਪਛਾਣੋ ਮਾਲਕਾ। ਗੁਰੂ ਰਾਮਦਾਸ ਜੀ ਇਹੋ ਜਿਹੀਆਂ ਸੰਗਤਾਂ ਨੂੰ ਪਛਾਣੋ। ਸਾਡਾ ਦਿਲ ਅੱਗੇ ਬੜਾ ਦੁਖੀ ਸੀ, ਕੋਈ ਇੱਥੇ ਕੋਈ ਆਪਣੀ ਪ੍ਰਾਪਤੀ ਵਾਸਤੇ ਨਹੀਂ ਬੈਠਾ, ਗੁਰੂ ਮਹਾਰਾਜ ਦੇ ਸਰੂਪਾਂ ਦਾ ਕਦਰ ਇਸ਼ਤ ਕਰਵਾਉਣ ਵਾਸਤੇ ਬੈਠਾ। ਇਹ ਬਾਦਲ ਦੇ ਗੁੰਡੇ ਵਾਲੇ ਨੇ, ਬਾਦਲ ਦੇ ਬੁੱਢੀ ਨੂੰ ਬੰਦਿਆਂ ਨੇ ਕੁੱਟਿਆ। ਉਸ ਜਨਾਨੀ ਨੂੰ ਕੀ ਨਾਂ ਜੇ ਤੁਹਾਡਾ ਜੀ? ਨਾ ਗੁਰੂ ਰਾਮਦਾਸ ਜੀ ਨੂੰ ਪਤਾ ਹੈ ਨਾਂ ਦਾ। ਵਾਹਿਗੁਰੂ ਜੀ, ਮੇਰੇ ਨਾਲ ਕੋਈ ਨੀ ਘਟੀ, ਜੋ ਸੰਗਤ ਨਾਲ ਘਟੀ ਬਹੁਤ ਬਹੁਤ ਨਿੰਦਣ ਜੋ ਘਟਨਾ ਘਟੀ ਆ ਜੀ। ਪਹਿਲਾਂ ਉਸ ਜਨਾਨੀ ਨੂੰ ਇਹਨਾਂ ਨੇ ਬੰਦਿਆਂ ਨੇ ਕੁੱਟਿਆ, ਕੋਈ ਸਿੰਘ ਉਧਰੋਂ ਵਿੱਚ ਨੀ ਆਇਆ ਵੀ ਚਲੋ ਉਹਦੀ ਥੋੜੀ ਗਲਤੀ ਸੀ, ਇਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ। ਉਹਦਾ ਪਤਾ ਨੀ ਕੋਈ ਮੈਂਟਲੀ ਅਪਸੈਟ ਆ ਜਾਂ ਕੀ ਆ, ਕੋਈ ਸਮਝ ਨੀ। ਇਹਨਾਂ ਨੇ ਉੱਥੇ ਜਾ ਕੇ ਪਾਏ ਉਹਨਾਂ ਸਿੰਘਾਂ ਨੂੰ, ਵੀਰਾਂ ਨੂੰ। ਇਹਨਾਂ ਨੇ ਉੱਥੇ ਜਾ ਕੇ ਕੁੱਟ ਕੁੱਟ ਕੇ ਬੁੜੀਆਂ ਵੀ ਕੁੱਟੀਆਂ, ਬੰਦਿਆਂ ਨੇ ਬੁੜੀਆਂ ਕੁੱਟੀਆਂ, ਟਾਸਕ ਫੋਰਸ ਵਾਲਿਆਂ ਨੇ ਜਿਹੜੀਆਂ ਬੀਬੀਆਂ ਅੰਦਰ ਹੀ ਬੰਦਿਆਂ ਨੇ ਕੁੱਟੀਆਂ। ਮੈਂ ਤੇ ਪਿੱਛੇ ਸੀਗੀ, ਬਹੁਤ ਨਿੰਦਣ ਜੋਗ ਘਟਨਾ ਹੋਈ। ਵਾਹਿਗੁਰੂ ਜੀ, ਇਹ ਦੁਨੀਆ ਮਰ ਮੁੱਕ ਜਾਵੇ ਤੇ ਚੰਗਾ ਇਹੋ ਜਿਹੀ ਜ਼ਿੰਦਗੀ ਜੀਣ ਨਾਲੋਂ। ਬਹੁਤ ਮਾੜਾ ਕੀਤਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ, ਇਹ ਗੁੰਡੇ ਵਾਲੇ ਜੇ। ਗੁਰੂ ਰਾਮਦਾਸ ਜੀ ਕਿੱਥੇ ਬੈਠੇ ਜੇ? ਇਹਨਾਂ ਨੂੰ ਘੋੜੋ ਮਰਨਾ, ਜਿੰਨਾ ਹੱਥਾਂ ਨਾਲ ਬੈਨਰ ਫਾੜੇ ਗੁਰੂ ਮਹਾਰਾਜ ਦੇ, ਇਹਨਾਂ ਹੱਥਾਂ ਨੂੰ ਘੋੜੋੜਾ ਜੇ ਘੋੜ, ਇਹਨਾਂ ਦੇ ਜਿਹੜੇ ਹੱਥਾਂ ਨਾਲ ਬੈਨਰ ਫਾੜੇ ਇਹਨਾਂ ਨੂੰ ਘੋੜੋੜਾ ਜੇ। ਇਹ ਗੁਰੂ ਮਹਾਰਾਜ ਦੇ ਸਰੂਪਾਂ ਦੇ ਜਿਹੜਾ ਸੰਤਿਆ ਲੈਣ ਵਾਸਤੇ ਬੈਠੇ, ਉਹਨਾਂ ਦਾ ਬਹੁਤ ਅਤਿਆਚਾਰ ਹੋਇਆ। ਜ਼ਿੰਮੇਵਾਰ ਵੇਖੋ ਜੀ, ਜਦੋਂ ਮੈਂ 12 ਵਜੇ ਆਈ ਹਾਂ, 12:15 12:15 ਦਾ ਟਾਈਮ ਹੋਊਗਾ, ਸਰਦਾਰ ਸਰਜੀਤ ਸਿੰਘ ਖੋਸਾ ਜਿਹੜਾ ਅਰਦਾਸ ਕਰ ਰਿਹਾ ਸੀ, ਉਹ ਰੋਜ਼ ਦੱਸਦੇ ਵੀ ਮੈਂ ਦਰਬਾਰ ਸਾਹਿਬ ਜਾਂਦਾ, ਮੇਰੇ ਨਾਲ ਗਲਤ ਹਰਕਤਾਂ ਕਰਦੇ ਆ। ਸਾਨੂੰ ਨੀ ਪਤਾ ਸੀ ਵੀ ਦਰਬਾਰ ਸਾਹਿਬ ਜਾਂਦੇ, ਸਾਡੇ ਨਾਲ ਕਦੀ ਕੋਈ ਗਲਤ ਹਰਕਤ ਨਹੀਂ ਹੋਈ। ਆਪਣੀ ਨੀਤ ਨਾਲ ਜਾਈਦਾ, ਗੁਰੂ ਮਹਾਰਾਜ ਦੇ ਦਰਸ਼ਨ ਦਾਰੇ ਕਰਕੇ ਦੇਖ ਲਈਦੀ ਆ ਜਾਈਦਾ। ਇਹ ਜਿਹਦੇ ਨਾਲ ਬੀਤਦੀ ਉਹਨੂੰ ਪਤਾ ਹੋ ਵੀ ਉਹਦੇ ਨਾਲ ਕੀ ਕਰਦੇ ਆ। ਉਹਨਾਂ ਨੇ ਦੱਸਿਆ ਅੱਜ ਵੀ ਮੇਰਾ, ਰੋਜ਼ ਦੱਸਦੇ ਸੀ ਉਹ ਵੀ ਮੈਨੂੰ ਜਲੀਲ ਕੀਤਾ ਜਾ ਰਿਹਾ, ਪਰ ਮੈਂ ਬੋਲਣਾ ਨਹੀਂ ਆ, ਮੈਂ ਕੁਛ ਨਹੀਂ ਬੋਲਣਾ। ਅੱਜ ਉਹਨਾਂ ਨੇ ਥੋੜ੍ਹੀ ਸਪੀਚ ਕੀਤੀ ਵੀ ਮੈਂ ਗਿਆ ਅਤੇ ਮੇਰੇ ਇਹਨਾਂ ਨੇ, ਮੈਂ ਸੇਵਾ ਵੀ ਛੱਡ ਦਿੱਤੀ ਜਿਹੜੀ ਮੈਨੂੰ ਨੇ ਵੀ ਤੁਹਾਡੇ ਆਉਣ 'ਤੇ ਸਾਨੂੰ ਸੇਵਾ ਨਹੀਂ ਮਿਲਦੀ, ਤੁਸੀਂ ਨਾ ਆਓ। ਕਹਿੰਦੇ ਮੈਂ ਨਹੀਂ ਜਾਂਦਾ ਸੀ, ਉਹ ਲੰਘਣ ਲੱਗਦੇ ਉਹਨਾਂ ਦਾ ਦਮਾਲਾ ਲਾਇਆ ਗਿਆ ਕਿਤੇ, ਜਿਹੜਾ ਉਹ ਡੰਡਾ ਕਰਦੇ ਸੀ ਗਾੜੀ ਰੋਕਣ ਵਾਸਤੇ, ਜਦੋਂ ਉਹ ਲੰਘਣ ਲੱਗ ਗਏ ਇਕਦਮ ਥਾਂ ਕੀਤਾ ਗਿਆ ਮਾਲਕ ਜਾਣਦਾ। ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅਤੇ ਵਾਹਿਗੁਰੂ ਜੀ ਇਹ ਜਾਣਦਾ ਹੁੰਦਾ ਮੇਰਾ ਦਮਾਲਾ ਲੱਥ ਗਿਆ। ਉਹ ਕਿਤੇ ਸਵੇਰ ਦਾ ਇਹਨਾਂ ਦੇ ਬੂਹਿਆਂ ਦੇ ਗਾੜੀ ਬੈਠਾ ਸੀ, ਮੁੜ ਕੇ ਸਾਡੇ ਆਉਣ 'ਤੇ ਉਹ ਛੋਟੇ ਬੂਹੇ ਦੇ ਗਾੜੀ ਵੀ ਬਹਿ ਗਿਆ। ਕੋਈ ਸਿੰਘ ਸਿੰਘਣੀ ਉਹਨਾਂ ਦੇ ਨਾਲ ਨਹੀਂ ਆਏ, ਇੱਕ ਉਹਨਾਂ ਦੀ ਸਿੰਘਣੀ ਸੀ, ਇੱਕ ਉਹਨਾਂ ਦਾ ਗੜਵਾਈ ਸੀ, ਹੋਰ ਕੋਈ ਨਹੀਂ ਆਇਆ ਸੰਗਤ ਦੇ ਵਿੱਚੋਂ। ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਵੀ ਭਾਈ ਬਲਬੀਰ ਸਿੰਘ ਮੁੱਛਲ ਨਹੀਂ ਆਇਆ, ਦਲਬਾਗ ਸਿੰਘ ਸੁਲਤਾਨਵਿੰਡ ਨਹੀਂ ਆਇਆ, ਆਪਣਾ ਮਨਜੀਤ ਸਿੰਘ ਜਬਾਲ ਨਹੀਂ ਆਇਆ, ਸਾਰੇ ਆਪਣਾ ਢਾਡੀ ਸਿੰਘ ਲੱਗੇ ਨਾਮ ਜਪਾਉਣ ਡਏ ਆ, 12 ਗਾਉਣ ਡਏ। ਮੈਂ ਵਾਹਿਗੁਰੂ ਜੀ ਨਾਮ ਜਪਾਉਣਾ ਸ਼ੁਰੂ ਕਰ ਦਿਓ। ਇੱਥੇ ਟਾਸਕ ਫੋਰਸ ਇੰਨੀ ਸੀ, ਕਾਲੀਏ ਇੰਨੇ ਖੜੇ ਸੀ, ਮੈਂ ਤਾਂ ਬਰਤਨ ਸਾਫ਼ ਕਰਨ ਚਲ ਗਈ, ਪਰ ਇਹਨਾਂ ਨੇ ਜੋ ਕੁਛ ਕੀਤਾ, ਇਹਨਾਂ ਨੇ ਧਾਵਾ ਬੋਲ ਦਿੱਤਾ, ਜਾ ਕੇ ਬੈਨਰ ਪਾੜ ਦਿੱਤੇ, ਮਤਲਬ ਕਿ ਬਹੁਤ ਇਹਨਾਂ ਨੇ ਨਿੰਦਣ ਜੋ ਘਟਨਾ ਕੀਤੀ ਆ, ਇਹਨਾਂ ਨੇ ਬਹੁਤ ਮਾੜਾ ਕੀਤਾ ਹੈ। ਗੰਦੀਆਂ ਗਾਲਾਂ ਦੀਆਂ ਆਵਾਜ਼ਾਂ ਵੀ, ਮੈਂ ਉੱਥੇ ਖਲੋਤੀ ਸੀ, ਮੇਰੇ ਕੰਨਾਂ 'ਚ ਇੱਕ ਦੋ ਗੰਦੀਆਂ ਗਾਲਾਂ ਦੀਆਂ ਆਵਾਜ਼ਾਂ ਵੀ ਪਈਆਂ। ਇਹ ਸਾਨੂੰ ਸ਼ੋਭਾ ਗੁਰੂ ਘਰ ਨਹੀਂ ਦਿੰਦੀਆਂ, ਉਹ ਤੇ ਆਪਣਾ ਸ਼ੀਤਲ ਸੁਭਾਅ ਦੇ ਨਾਲ ਆਪਣਾ ਨਾਮ ਜਪਦੇ ਆ ਤੇ ਗੁਰਬਾਣੀ ਪੜ੍ਹਦੇ ਆ। ਚਲੋ, ਜੇ ਕਿਸੇ ਨੂੰ ਜਿਹੜਾ ਮਾੜਾ ਕਰਦਾ ਉਹਨੂੰ ਮਾੜਾ ਕਹਿਣਾ ਕੋਈ ਪਾਪ ਨਹੀਂ, ਕੰਡੇ ਨੂੰ ਕੰਡਾ ਕਹਿਣਾ ਕੋਈ ਪਾਪ ਨਹੀਂ, ਫੁੱਲ ਨੂੰ ਕੰਡਾ ਕਹਿਣਾ ਪਾਪ ਜੇ, ਤੇ ਕੰਡੇ ਨੂੰ ਫੁੱਲ ਬਣਾਉਣਾ ਪਾਪ ਜੇ, ਕੰਡੇ ਨੂੰ ਕੰਡਾ ਕਹਿਣਾ ਕੋਈ ਦੋਸ਼ ਨਹੀਂ, ਕੋਈ ਪਾਪ ਨਹੀਂ। ਮਾਤਾ ਮੁੱਕਾ ਕੀ, ਅਖੀਰ ਕੀ ਹੋਇਆ? ਅਖੀਰ ਜੇ ਉਹ ਲਾਠੀ ਚਾਰਜ ਕਰਕੇ ਤੇ ਮੈਂ ਤਾਂ ਅੰਦਰ ਮੁੜ ਕੇ ਦੀ ਲੰਘ ਕੇ ਗਈ, ਫਿਰ ਇਹਨਾਂ ਨੂੰ ਜਲ ਲਿਆ ਕਿਸ਼ਕਾਵਾਂ, ਤੇ ਮੈਨੂੰ ਇਹਨਾਂ ਨੇ ਬੀਬੀਆਂ 15-20 ਕੱਲ ਦਿੱਤੀਆਂ ਫੜਨ। ਮੈਂ ਅੰਦਰ ਜਾ ਕੇ ਆਵਾਜ਼ਾਂ ਦਿੱਤਾ ਵੀ ਸੱਚ ਬੋਲਣ ਦਿਓ, ਸੱਚ ਨੂੰ ਕਿਉਂ ਦਬਾਉਂਦੇ ਜੇ, ਸੱਚ ਦੀ ਆਵਾਜ਼ ਨੂੰ ਕਿਉਂ ਸੁਣਨੋਂ ਬਰਦਾਸ਼ਤ ਨਹੀਂ ਕਰਦੇ, ਸੱਚ ਬੋਲਣ ਦਿਓ, ਸੱਚ ਸੁਣੋ।
ਇਹਨਾਂ ਨੇ ਬੀਬੀਆਂ ਇੰਨੀਆਂ ਕਿ ਮੇਰੇ ਦੁਆਲੇ ਕੱਲ ਦਿੱਤੀਆਂ, ਤੁਸੀਂ ਆਓ ਮਾਤਾ ਜੀ ਮੈਨੂੰ ਬਾਹੋਂ ਫੜ ਲਿਆਂਗਾ, ਤੁਸੀਂ ਜਾਓ ਘਰਾਂ ਨੂੰ। ਮੈਂ ਕਿਹਾ ਮੇਰੇ ਵੀਰ ਭਰਾ ਬੈਠੇ ਆ, ਮੈਨੂੰ ਇੱਥੇ ਕਿਉਂ ਚੱਲਿਆ? ਨਹੀਂ ਤੁਸੀਂ ਜਾਓ ਘਰਾਂ ਨੂੰ, ਇੱਕ ਵਿੱਚੋਂ ਸਿੰਘ ਆਉਂਦੇ ਜੇ ਨਹੀਂ ਜਾਂਦੀ ਤਾਂ ਚੁੱਕ ਕੇ ਲੈ ਜਾਓ। ਇਹ ਮੈਨੂੰ ਉਹ ਧੱਕੇ ਦੇ ਨਾਲ ਸ਼ਬੀਲ ਵੱਲ ਕੋਈ ਆਉਂਦੀਆਂ ਪਿੱਛੋਂ ਇਹਨੂੰ ਘੰਟਾ ਘਰ ਤੋਂ ਅੱਗੇ ਕੱਢ ਆਓ, ਉੱਥੇ ਲੈ ਚੱਲੋ। ਮੈਂ ਕਿਹਾ ਵੀ ਮੈਂ ਗੁਰੂ ਰਾਮਦਾਸ ਦੀ ਬੱਚੀ ਹਾਂ, ਗੁਰੂ ਰਾਮਦਾਸ ਜੀ ਦੇ ਘਰ ਹਾਂ। ਆਉਂਦੀਆਂ ਅਸੀਂ ਵੀ ਗੁਰੂ ਰਾਮਦਾਸ ਦੀਆਂ ਬੱਚੀਆਂ। ਮੈਂ ਕਿਹਾ ਤੁਸੀਂ ਬਾਦਲ ਦੀਆਂ ਬੱਚੀਆਂ ਜੇ? ਮੈਂ ਗੁਰੂ ਰਾਮਦਾਸ ਜੀ ਦੀ ਬੱਚੀ ਹਾਂ, ਤੁਸੀਂ ਬਾਦਲ ਦੀਆਂ ਬੱਚੀਆਂ ਜੇ? ਤੁਸੀਂ ਜੇ ਬਾਦਲ ਦੀਆਂ ਬੱਚੀਆਂ ਨਾ ਹੋ ਤਾਂ ਸੰਗਤਾਂ ਨਾਲ ਇੱਦਾਂ ਦਾ ਵਿਹਾਰ ਨਾ ਕਰੋ। ਮੈਂ ਉੱਥੇ ਬੈਠੀ ਸ਼ਬੀਲ ਦੇ ਉੱਤੇ, ਮੈਂ ਉੱਥੇ ਬੈਠੀ ਰਹੀ ਹਾਂ। ਆਹ ਕੁਛ ਮੈਂ ਵੇਖਿਆ, ਮੁੜ ਕੇ ਇਹਨਾਂ ਨੂੰ ਪਤਾ ਲੱਗਾ ਵੀ ਸਿੰਘਾਂ ਨੂੰ ਫੜ ਕੇ ਲੈ ਗਏ ਆ, ਅੰਦਰ ਲੈ ਗਏ ਆ। ਕਿੱਥੇ ਲੈ ਗਏ ਆ? ਵਰਜਿੰਦਰ ਕੌਰ ਜੀ ਕਿੱਥੋਂ ਦੇ ਰਹਿਣ ਵਾਲੇ? ਇੱਥੋਂ ਦੇ, ਅੰਮ੍ਰਿਤਸਰ ਦੇ ਹੀ। ਉੱਥੋਂ ਅੰਮ੍ਰਿਤਸਰ ਦੇ ਰਹਿਣ ਵਾਲੇ, ਬਹੁਤ ਮਾੜਾ ਹੋਇਆ ਜੀ। ਚੋਕੇ ਲੈ ਜਾਓ। ਮੈਂ ਚਲੋ ਜਾ ਕੇ ਮੁੜਕੇ ਮੈਨੂੰ ਧੱਕੇ ਨਾਲ ਸ਼ਬੀਲ ਤੇ ਛੱਡ ਕੇ ਗਿਆ। ਮੈਂ ਸ਼ਬੀਲ ਤੇ ਬੈਠੀ ਰਹੀ ਹਾਂ। ਇਹਨਾਂ ਨੇ ਬਹੁਤ ਨਿਹੱਕ ਕੀਤਾ, ਇਹਨਾਂ ਨੇ ਗੁਰੂ ਵਰਗੀਆਂ ਸੰਗਤਾਂ ਨੂੰ ਲਾਠੀਆਂ ਨਾਲ ਜ਼ਿਆਦੇ ਹੋਣ ਕਰਕੇ ਇਹਨਾਂ ਨੇ ਕੁੱਟਿਆ। ਇਹ ਸਾਡੇ ਭਾਰਤ 'ਚ ਗੁੰਡਾ ਰਾਜ ਚੱਲ ਰਿਹਾ, ਗੁੰਡਾ ਰਾਜ ਚੱਲ ਰਿਹਾ। ਸਾਡੇ ਭਾਰਤ 'ਚ ਇੱਕ ਗੁਰੂ ਦਾ ਜਾਪ ਕਰਦੀਆਂ ਸੰਗਤਾਂ ਦੇ ਡੰਡੇ ਬਣਾਏ ਗਏ, ਇੱਕ ਗੁੰਡਾ ਰਾਜ ਚੱਲਦੇ। ਗੁਰੂ ਰਾਮਦਾਸ ਜੀ ਪੜੋ, ਵੇਖੋ, ਪਛਾਣੋ ਇਹਨਾਂ ਨੂੰ। ਗੁਰੂ ਰਾਮਦਾਸ ਜੀ ਕਿੱਥੇ ਗਏ ਜੇ? ਪਛਾਣੋ ਇਹਨਾਂ ਨੂੰ, ਤੁਹਾਡੀਆਂ ਰੱਬ ਵਰਗੀਆਂ ਸੰਗਤਾਂ ਨੂੰ ਇਹਨਾਂ ਨੇ ਕਿੱਦਾਂ ਕੁੱਟਿਆ? ਇਹਨਾਂ ਨੇ ਕਿਤੇ ਅੱਤਿਆਚਾਰ ਕੀਤਾ ਉਹਨਾਂ ਨੇ? ਗੁਰੂ ਮਹਾਰਾਜ ਜੀ ਵੇਖੋ, ਪਛਾਣੋ ਇਹ ਸਾਡੇ ਅੰਦਰ ਦੇ ਦਰਦ ਨੂੰ, ਪਛਾਣੋ ਮਾਲਕਾ। ਗੁਰੂ ਰਾਮਦਾਸ ਜੀ ਇਹੋ ਜਿਹੀਆਂ ਸੰਗਤਾਂ ਨੂੰ ਪਛਾਣੋ। ਸਾਡਾ ਦਿਲ ਅੱਗੇ ਬੜਾ ਦੁਖੀ ਸੀ, ਕੋਈ ਇੱਥੇ ਕੋਈ ਆਪਣੀ ਪ੍ਰਾਪਤੀ ਵਾਸਤੇ ਨਹੀਂ ਬੈਠਾ, ਗੁਰੂ ਮਹਾਰਾਜ ਦੇ ਸਰੂਪਾਂ ਦਾ ਕਦਰ ਇਸ਼ਤ ਕਰਵਾਉਣ ਵਾਸਤੇ ਬੈਠਾ। ਇਹ ਬਾਦਲ ਦੇ ਗੁੰਡੇ ਵਾਲੇ ਨੇ, ਬਾਦਲ ਦੇ ਬੁੱਢੀ ਨੂੰ ਬੰਦਿਆਂ ਨੇ ਕੁੱਟਿਆ।